कालिका धाम ज्योतिष किशनपुरा चांदर में निशुल्क दुख निवारण चंडी महायज्ञ के 2 वर्ष पूरे होने के उपलक्ष्य में दूसरी विशाल माता की चौकी एवं भंडारे का आयोजन बड़ी ही श्रद्धा भाव से प्रसिद्ध ज्योतिषाचार्य इंद्रदेव वशिष्ठ बबलू पंडित की अध्यक्षता में किया गया। इससे पहले हवन यज्ञ का आयोजन भी किया गया। इस मौके पर पूर्व कैबिनेट मंत्री अवतार हैनरी, पार्षद निर्मल सिंह निम्मा, पार्षद विशाल मट्टू ने विशेष रूप से उपस्थित होकर माथा टेक आशीर्वाद प्राप्त किया। इस मौके पर असंख्य भक्तजन भी मौजूद रहे। जालंधर से हलचल के लिए कैमरामैन दविंदर की रिपोर्ट। ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਬਹੁਤ ਹੀ ਧੰਨਵਾਦੀ ਹਾਂ ਬਬਲੂ ਜੀ ਦਾ ਕਿ ਜਿਹਨਾਂ ਨੇ ਅੱਜ ਮਹਾਮਾਈ ਦਾ ਜਾਗਰਣ ਚੌਥੀ ਮਾਂ, ਬਹੁਤ ਖੁਸ਼ੀ ਦੀ ਗੱਲ ਹੈ। ਸਾਰੇ ਕੌਂਸਲਰ ਸਾਹਿਬਾਨ ਆਏ ਆ, ਉੱਕਣ ਜੀ ਵੀ ਸਾਰੇ। ਮੇਰੀ ਬੇਨਤੀ ਹੈ ਕਿ ਕਿਸੇ ਦਾ ਨਾਮ ਲੈ ਜਾਏ ਰਿਮਾਇੰਡ ਨਹੀਂ ਕਰਨਾ। ਸਾਰੇ ਮੇਰੇ ਸਤਿਕਾਰਯੋਗ ਜਿੰਨੇ ਵੀ ਇੱਥੇ ਮੇਰੀਆਂ ਭੈਣਾਂ, ਭਰਾ, ਬੱਚੇ, ਨੌਜਵਾਨ ਸਾਥੀ ਆਏ ਆ, ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਤੁਸੀਂ ਸਾਰੇ ਸੇਵਾ ਕਰਦੇ ਹੋ, ਜੇ ਕਿ ਇੱਕ ਦਾ ਨਾਂ ਲਊਗਾ ਦੂਜਾ ਕਹੂਗਾ ਮੇਰਾ ਭਾਜੀ ਨੇ ਨਾਂ ਨਹੀਂ ਲਿਆ। ਤਾਂ ਮੇਰੇ ਲਈ ਮੈਂ ਅੱਗੇ ਕਹਿ ਰਿਹਾ ਸੀ ਪੰਡਿਤ ਜੀ ਨੂੰ ਵੀ ਮਹਾਮਾਈ ਦੇ ਦਰਬਾਰ 'ਚ ਖੜੇ ਹਾਂ, ਜਿਹੜਾ ਮਹਾਮਾਈ ਦੀ ਸੇਵਾ ਕਰਦਾ ਹੈ ਸਭ ਤੋਂ ਵੱਡਾ ਸਤਿਕਾਰੀ ਉਹ ਸਾਡਾ ਉਹ ਆ, ਉਹ ਪੰਡਿਤ ਬਬਲੂ ਸ਼ਰਮਾ ਜੀ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਬਬਲੂ ਸ਼ਰਮਾ ਜੀ ਤੁਸੀਂ ਸੱਦਿਆ, ਐਂਡ ਤੁਹਾਡੀ ਮਿਹਰਬਾਨੀ ਦਾ ਸਦਕਾ ਇਹਨਾਂ ਦਾ ਸਾਰਿਆਂ ਦਾ ਹੀ ਕਿ ਮਹਾਮਾਈ ਦੇ ਦਰਸ਼ਨ ਕਰਾਏ ਆ, ਮਹਾਮਾਈ ਦੇ ਦਰਬਾਰ ਦੇ ਆਪ ਵਿੱਚ ਆ ਕੇ ਉੱਥੇ ਆਪਣਾ ਸੀਸ ਨਵਾਉਣ ਦਾ ਮੌਕਾ ਦਿੱਤਾ ਹੈ। ਮੈਂ ਮਹਾਮਾਈ ਦੇ ਚਰਨਾਂ 'ਚ ਇਹ ਬੇਨਤੀ ਕਰੂੰਗਾ ਕਿ ਮਾਂ ਆਪਣੇ ਭਗਤਾਂ ਦੇ ਸਿਰ 'ਤੇ ਮੇਰੇ ਦਾ ਹੱਥ ਰੱਖਣਾ। ਆਉਣ ਵਾਲੇ ਟਾਈਮ ਦੇ ਵਿੱਚ ਅੱਜ ਸ਼ਰਮਾ ਜੀ ਇੱਕ ਅਰਦਾਸ ਕਰ ਰਹੇ, ਜਿੰਨੇ ਇਹ ਮੁੰਡੇ ਹੈਗੇ ਆ ਇਲੈਕਸ਼ਨ ਲੜਨ ਵਾਲਾ, ਤੇ ਮਹਾਮਾਈ ਸਿਰ 'ਤੇ ਮੇਰੇ ਦਾ ਹੱਥ ਰੱਖੇ, ਵਿਜੇ ਪ੍ਰਾਪਤ ਹੋਵੇ। ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ, ਖਾਸ ਕਰਕੇ ਪੰਡਿਤ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਅੱਜ ਦਾ ਨਹੀਂ ਜਾਣਦਾ, ਪੰਡਿਤ ਜੀ ਨੂੰ ਬਹੁਤ ਸਾਲ ਹੋ ਗਿਆ, ਇਹਨਾਂ ਨੇ ਬਹੁਤ ਆਸ਼ੀਰਵਾਦ ਦਿੱਤੀ ਮਹਾਮਾਈ ਦੀ ਕਿਰਪਾ ਦੇ ਨਾਲ। ਆਸ਼ੀਰਵਾਦ ਮਹਾਮਾਈ ਦਾ, ਸਾਡੀਆਂ ਸ਼ੁਭਕਾਮਨਾ, ਅਸੀਂ ਸਾਰੇ ਸ਼ੁਭਕਾਮਨਾ ਤੁਹਾਨੂੰ ਦਿੰਦੇ ਹਾਂ ਕਿ ਮਹਾਮਾਈ ਤੁਹਾਡੇ 'ਤੇ ਮੇਰੇ ਦਾ ਹੱਥ ਰੱਖੇ, ਔਰ ਮਹਾਮਾਈ ਜੋ ਤੁਸੀਂ ਕਿਸੇ ਦਾ ਰੀਡ ਕਰੋ ਮਹਾਮਾਈ ਸਹੀ ਸਾਬਤ ਕਰਨ, ਇਹਨੇ ਕਹਿੰਦਾ ਹੋਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ। ਜੈ ਮਾਤਾ ਦੀ।
जय माता दी। मैं आचार्य इंद्रदेव वशिष्ठ कालिका धाम ज्योतिष से। बहुत ही सौभाग्य का दिन है, आज श्री कालिका धाम ज्योतिष में विशाल महारानी माँ काली माँ भद्रकाली का चौकी का आयोजन किया गया, भंडारे का आयोजन किया गया, जिसमें बहुत दूर दूर से भक्त जन आकर के महारानी का आशीर्वाद प्राप्त कर रहे हैं, महारानी का गुणगान सुन रहे हैं। सबसे पहले शाम को 6 बजे माँ चंडी का महायज्ञ किया गया, जिसमें अनेक तरह के उपाय प्रयोग भी निःशुल्क करवाए गए। उसके बाद भंडारा, और अब भगवती माँ चंडी का, जो कि बहुत ही प्रसिद्ध गायक मुकेश इनायत जी माँ भगवती का गुणगान करके सभी संगतों को कृतार्थ कर रहे हैं। आप सभी दर्शकों पर माँ भद्रकाली की, माँ महाकाली की, भगवान शिव की असीम कृपा बनी रहे, ऐसी कामना करते हैं। बहुत बहुत धन्यवाद। जय माता दी।